वाली दीप जगे हर दहलीज़ पे, विच हवावां दे कुले सरूर मियां, होवे मस्या ना पामे महताब दिसे, होवे मस्या ना पामे महताब दिसे, तावी चढ़ चढ़ पैंदा बुढ़े जवान ते सुहानिया भी, बच्चे बुढ़े जवान ते सुहानिया भी, विच खुशियां दे दिसन चूरमियां, विच खुशियां दे दिसन चूरमियां, परिजना दे परिजना दे मुफलिसी ने कर फुके, की मनौन दिवाली ओ मजबूर मियां, मनौन दिवाली ओ मजबूर मियां, मजबूर मियां, मजबूर मियां, मजबूर
ਤਿੰਨ ਛੁੱਟੀਆਂ ਨੇ ਓਏ, ਦੋ ਦੀਵਾਲੀ ਦੀਆਂ, ਇੱਕ ਐਤਵਾਰ ਦੀ, ਮੌਜਾਂ ਹੀ ਮੌਜਾਂ ਨੇ। ਪੂਰੇ ਮਜ਼ੇ ਕਰਾਂਗੇ, ਨਜ਼ਾਰੇ ਆਉਣਗੇ। ਮੈਂ ਤਾਂ ਐਤਕੀ ਬਾਪੂ ਨੂੰ ਕਹਿਤਾ ਕਿ ਇੱਕ ਵਾਰੀ ਪਟਾਕਿਆਂ ਦੀ ਲਿਆਉਣ। ਬੱਚੇ ਸਿੱਧੇ ਹੋ ਕੇ ਬੈਠੋ। ਮੈਡਮ ਜੀ, ਤੁਸੀਂ ਕਿਵੇਂ ਦੀਵਾਲੀ ਮਨਾਉਂਦੇ ਹੋ? ਦੱਸੋ ਨਾ ਮੈਡਮ ਜੀ, ਤੁਸੀਂ ਵੀ ਪਟਾਕੇ ਚਲਾਉਂਦੇ ਹੋ? ਦੱਸੋ ਨਾ ਮੈਡਮ ਜੀ। ਹਾਂ ਹਾਂ ਬੱਚੇ, ਤੁਸੀਂ ਖੇਡੋ, ਤੁਹਾਡੀ ਉਮਰ ਹੈ ਮੌਜਾਂ ਕਰਨ ਦੀ। ਇਹਨਾਂ ਨੂੰ ਕੀ ਦੱਸਾਂ ਕਿ ਮੇਰੀ ਦੀਵਾਲੀ ਤਾਂ ਕਦੇ ਆਈ ਨਹੀਂ। ਕੀ ਹੋਇਆ ਗੁਰਜੀਤ? ਮੈਂ ਤੈਨੂੰ ਸਾਰੇ ਕਿਤੇ ਦੇਖ ਆਈ ਤੇ ਤੂੰ ਇੱਥੇ ਬੈਠੀ ਹੈ, ਨਾ ਕਿਹੜੀਆਂ ਸੋਚਾਂ 'ਚ ਪਈ ਹੈ ਤੇ ਕੱਲੀ ਕਾਹਤੋਂ ਬੈਠੀ ਹੈ? ਕੁਛ ਨਹੀਂ ਦਵਿੰਦਰ, ਬਸ ਮੇਰਾ ਚਿੱਤ ਜਾ ਨਹੀਂ ਠੀਕ। ਕੀ ਹੋਇਆ ਤੇਰੇ ਚਿੱਤ ਨੂੰ? ਮੈਂ ਅਕਸਰ ਦੇਖਦੀ ਹਾਂ, ਸਾਰਾ ਸਾਲ ਤਾਂ ਤੂੰ ਠੀਕ ਰਹਿੰਦੀ ਹੈ, ਪਰ ਦੀਵਾਲੀ ਦੇ ਦਿਨਾਂ 'ਚ ਕੀ ਹੋ ਜਾਂਦਾ ਤੈਨੂੰ? ਕਈ ਦਰਦ ਦਿਨਾਂ 'ਚ ਕਿਤੇ ਲੁਕੇ ਰਹਿ ਜਾਂਦੇ ਨੇ ਦਵਿੰਦਰ। ਕੁਝ ਦੱਸ ਤਾਂ ਸਹੀ ਗੁਰਜੀਤ, ਸ਼ਾਇਦ ਮੈਂ ਤੇਰਾ ਕੁਝ ਦਰਦ ਵੰਡਾ ਸਕਾਂ। ਮੈਨੂੰ ਤਾਂ ਇਹ ਦੀਵਾਲੀ ਦੇ ਦਿਨ ਹੀ ਚੰਗੇ ਨਹੀਂ ਲੱਗਦੇ ਦਵਿੰਦਰ। ਇਸ ਦਿਨ ਸਾਡੇ ਟੱਬਰ ਤੇ ਦੁੱਖਾਂ ਦਾ ਕਹਿਰ ਇਸ ਤਰ੍ਹਾਂ ਭਰਿਆ ਕਿ ਮੈਂ ਅੱਜ ਤੱਕ ਨਹੀਂ ਭੁੱਲ ਸਕੀ। ਇਹ ਰੋਸ਼ਨੀਆਂ ਮੇਰੇ ਮਨ ਨੂੰ ਹੋਰ ਤਪਾਉਂਦੀਆਂ ਨੇ। ਇਹਨਾਂ ਰੋਸ਼ਨੀਆਂ ਨੇ ਸਾਡੇ ਰਾਹ ਹਨੇਰੇ ਕਰ ਦਿੱਤੇ, ਮੇਰੇ ਲਈ ਤਾਂ ਉਸੇ ਦਿਨ ਚਿਰਾਗ ਬੁੱਝ ਗਏ ਸੀ। ਕਦੇ ਮੈਨੂੰ ਵੀ ਇਸ ਦਿਨ ਦਾ ਬੜਾ ਇੰਤਜ਼ਾਰ ਹੁੰਦਾ ਸੀ, ਚਾਰੇ ਪਾਸੇ ਪਿੰਡ 'ਚ ਰੌਣਕ ਤੇ ਖੁਸ਼ੀਆਂ ਹੁੰਦੀਆਂ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਭਾਈ ਅੱਜ 26 ਕੱਤਕ ਦਿਨ ਬੁੱਧਵਾਰ, ਅੰਗਰੇਜ਼ੀ ਤਰੀਕ 11 ਨਵੰਬਰ ਹੈ ਅਤੇ ਭਾਈ ਅੱਜ ਵੰਦੀ ਛੋੜ ਦਿਵਸ ਅਤੇ ਦੀਵਾਲੀ ਦਾ ਪਵਿੱਤਰ ਦਿਹਾੜਾ ਹੈ। ਉੱਠੋ ਭਾਈ, ਇਸ਼ਨਾਨ ਪਾਣੀ ਕਰੋ ਅਤੇ ਗੁਰਦੁਆਰੇ ਪਹੁੰਚ ਕੇ ਸੇਵਾ ਕਰੋ ਅਤੇ ਆਪਣਾ ਜੀਵਨ ਸਫਲਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਐ ਲਓ ਜੀ ਚਾਹ। ਉਹ ਲਿਆ ਭਗਵਾਨੇ ਧਰਮ ਨਾਲ, ਜਿਹੋ ਜਿਹੇ ਤੇਰੇ ਹੱਥਾਂ ਦੀ ਚਾਹ ਪੀ ਲਈ ਉਹੋ ਜਿਹੀ ਘਰ ਦੀ ਕੱਢੀ ਪੀ ਲਈ, ਇੱਕੋ ਹੀ ਹਿਸਾਬ ਆ। ਆਏ ਹਾਏ ਓਏ, ਉਹ ਜਿਹੋ ਜਿਹਾ ਮੂਰ ਪਹਿਲਾਂ ਪਾਉਂਦਾ ਦੇਖ ਲਿਆ, ਉਹੋ ਜਿਹਾ ਸਤਵੰਤ ਕੁਰੇ ਤੇਰਾ ਹਾਸਾ ਦੇਖ ਲਿਆ, ਇੱਕੋ ਹੀ ਹਿਸਾਬ ਹੈ। ਬਸ ਕਰੋ ਜੀ, ਐਵੇਂ ਦੀਆਂ ਗੱਲਾਂ ਕਰਕੇ ਮੈਨੂੰ ਸੱਤਵੇਂ ਅਸਮਾਨ ਨਾ ਚੜਾ ਦਿਆ ਕਰੋ। ਤੁਸੀਂ ਚਾਹ ਪੀ ਲਓ, ਐਂਡ ਕੇ ਲੈ ਕੇ ਆਈ ਆ, ਠੰਡੀ ਹੋ ਜੂਗੀ ਨਹੀਂ ਤਾਂ। ਨਾਲੇ ਸਤਵੰਤ ਕੁਰੇ, ਜਿਹੜਾ ਤੂੰ ਲੋਕਾਂ ਦੇ ਘਰੇ ਜਾ ਕੇ ਕੰਮ ਜਾ ਕਰਦੀਆਂ ਨਾ, ਭੋਰਾ ਚੰਗਾ ਨਹੀਂ ਲੱਗਦਾ ਮੈਨੂੰ। ਲੈ ਕਿਉਂ ਭਲਾ? ਉਹ ਤੂੰ ਛੱਡ ਪਰਾ ਕੰਮ ਨੂੰ, ਮੈਂ ਬਥੇਰਾ ਪੈਸਾ ਕਮਾਉਂਦਾ। ਲੈ ਭਲਾ ਤੁਹਾਨੂੰ ਕਿਉਂ ਨਹੀਂ ਚੰਗਾ ਲੱਗਦਾ? ਤੁਸੀਂ ਕੰਮ ਤੇ ਚਲੇ ਜਾਂਦੇ ਹੋ ਤੇ ਗੁੱਡੋ ਸਕੂਲ ਚਲੀ ਜਾਂਦੀ ਹੈ ਤੇ ਮੈਂ ਘਰ 'ਚ ਇਕੱਲੀ ਰਹਿ ਜਾਂਦੀ ਹਾਂ, ਮੇਰਾ ਇਕੱਲੀ ਦਾ ਜੀ ਨਹੀਂ ਲੱਗਦਾ। ਨਾਲੇ ਤੁਸੀਂ ਮੇਰੀ ਗੱਲ ਸੁਣੋ, ਜੇ ਮੈਂ ਕੰਮ ਕਰਨ ਜਾਂਦੀ ਹਾਂ ਤਾਂ 4 ਪੈਸੇ ਆਉਂਦੇ ਨੇ ਤੇ ਨਾਲੇ ਉਹਨਾਂ ਪੈਸਿਆਂ ਨਾਲ ਤੁਹਾਡੀ ਮਦਦ ਹੋ ਜਾਂਦੀ ਹੈ। ਨਾਲੇ ਆ ਗੁੱਡੋ ਕਿੱਥੇ ਹੈ? ਦਿੰਦੀ ਨਹੀਂ ਕਿਤੇ? ਨਾਲੇ ਆ ਤਾਂ ਛੁੱਟੀ ਹੋਣੀ ਆ ਦੀਵਾਲੀ ਕਰਕੇ ਉਹਨੂੰ। ਆਹੋ ਜੀ, ਬਾਹਰ ਖੇਡਦੀ ਹੋਣੀ ਹੈ। ਨਾਲੇ ਟਾਈਮ ਸਿਰ ਘਰ ਆ ਜਿਓ, ਤਿਉਹਾਰ ਦਾ ਦਿਨ ਹੈ, ਐਵੇਂ ਕਿਤੇ ਟੂਣਾ ਟਾਣਾ ਨਾ ਟੱਪ ਜਿਓ। ਉਹ ਸਾਡੇ ਤੇ ਕੀ ਟੂਣਾ ਹੋਣਾ, ਸਾਡੇ ਤੇ ਤਾਂ ਪਹਿਲੀ ਟੂਣਾ ਹੋਇਆ ਪਿਆ, ਤੇਰੀ ਟੂਣੇ ਹਾਰੀ ਅੱਖ ਦਾ। ਉਹ ਨਾਲੇ ਮੈਨੂੰ ਪਤਾ ਤੇਰਾ ਜੀ ਨਹੀਂ ਲੱਗਦਾ ਮੇਰੇ ਬਿਨਾਂ। ਕੋਈ ਨੀ, ਆ ਜੂ ਛੇਤੀ ਸ਼ਹਿਰੋਂ, ਨਾਲੇ ਆਉਂਦਾ ਹੋਇਆ ਤੇਰੇ ਵਾਸਤੇ ਪੀਲੇ ਰੰਗ ਦਾ ਮੋਰਨੀ ਕਢਾਈ ਵਾਲਾ ਸੂਟ ਲੈ ਕੇ ਆਊ। ਲੈ, ਪੀਲੇ ਰੰਗ ਦਾ ਭਲਾ ਕਿਉਂ, ਹੋਰ ਰੰਗ ਮੁੱਕ ਗਏ? ਉਹ ਜਿਹੋ ਜਿਹਾ ਸਰੋਂ ਦੇ ਖੇਤਾਂ ਨੂੰ ਦੇਖ ਲਿਆ, ਉਹ ਜਿਹਾ ਸਤਵੰਤ ਕੋਰੇ ਤੈਨੂੰ ਪੀਲੇ ਰੰਗ ਦੇ ਸੂਟ 'ਚ ਦੇਖ ਲਿਆ, ਇੱਕੋ ਹਿਸਾਬ ਆ। ਚਲੋ ਛੱਡੋ ਜੀ, ਕਾਹਨੂੰ ਐਵੇਂ ਖਰਚਾ ਕਰਨਾ? ਲੈ, ਤੇਰੇ ਨਾਲੋਂ ਖਰਚਾ ਚੰਗਾ, ਚੱਲ ਤਾਂ। ਆ ਮੈਂ ਕਿਹਾ ਜੀ, ਤੁਹਾਡਾ ਰੋਟੀ ਵਾਲਾ ਡੱਬਾ ਘਰ ਹੀ ਰਹਿ ਗਿਆ। ਲੈ ਆ। ਹੈਲੋ ਜੀ। ਬਾਪੂ ਬਾਪੂ ਬਾਪੂ, ਮੈਂ ਵੀ ਤੇਰੇ ਨਾਲ ਜਾਊਂ। ਉਹ ਪਰ ਤੂੰ ਸ਼ਹਿਰ ਜਾ ਕੇ ਕੀ ਕਰੇਗੀ? ਬਾਪੂ ਜੀ, ਅੱਜ ਦੀਵਾਲੀ ਹੈ ਨਾ, ਮੈਂ ਸ਼ਹਿਰੋਂ ਆਪਣੇ ਲਈ ਪਟਾਕੇ, ਖਿਡੌਣੇ ਤੇ ਫੁੱਲਝੜੀਆਂ ਲੈ ਕੇ ਆਉਂਗੀ। ਓਏ ਹਾਂ ਹਾਂ ਮੇਰਾ ਪੁੱਤ, ਮੈਂ ਆਉਂਦਾ ਹੋਇਆ ਤੇਰੇ ਲਈ ਸਾਰਾ ਕੁਝ ਲੈ ਕੇ ਆਉਂ, ਪਰ ਤੂੰ ਘਰ ਹੀ ਰਹਿ। ਲੈ ਦੱਸ, ਤੇਰੇ ਕੋਲ ਕੀ ਟਾਮੇ ਨੇ? ਮੇਰੇ ਕੋਲ ਨਹੀਂ ਹੈਗੇ, ਮੇਰੇ ਬਾਪੂ ਕੋਲ ਤਾਂ ਹੈਗੇ ਨੇ। ਕਿਉਂ, ਬਾਪੂ ਦਿਲਾਈਆਂ ਨੇ ਮੈਨੂੰ ਪਟਾਕੇ, ਖਿਡੌਣੇ ਤੇ ਫੁੱਲਝੜੀਆਂ। ਓਏ ਹਾਂ ਹਾਂ ਮੇਰਾ ਪੁੱਤ, ਤੈਨੂੰ ਮੈਂ ਸਾਰਾ ਕੁਝ ਲੈ ਕੇ ਦਊ, ਪਰ ਤੂੰ ਪੁੱਤ ਘਰ ਹੀ ਰਹਿ। ਨਾ ਬਾਪੂ ਨਾ, ਮੈਂ ਤਾਂ ਤੇਰੇ ਨਾਲ ਹੀ ਜਾਊਂ। ਓਹੋ, ਤੂੰ ਚੱਲ ਅੰਦਰ, 6 ਦਿਨ ਹੋ ਗਏ ਨਾਤੀ ਨੂੰ, ਸਿਰ ਦੇਖ ਕਿਵੇਂ ਗੁੜ ਵਰਗਾ ਹੋਇਆ ਪਿਆ। ਚਲੋ ਤੁਸੀਂ ਵੀ ਜਾਓ ਜੀ। ਮੈਂ ਵੀ ਨਾਲ ਜਾਣਾ ਸੀ। ਤੂੰ ਚੱਲ ਅੰਦਰ। ਉਹ ਕਿਵੇਂ ਆ ਸਰਦਾਰ ਤੇਸੂ ਸਿਆ? ਨਾ ਮੈਂ ਤੈਨੂੰ ਕਿਹੜੇ ਪਾਸੋਂ ਸਰਦਾਰ ਲੱਗਦਾ? ਓਏ ਉਹ ਸਾਰੇ ਪਾਸੇ ਹੀ ਲੱਗਦਾ। ਉਹ ਕਿਹੜਾ ਸਰਦਾਰ? ਭੁੱਖ ਦਾ ਸਰਦਾਰ। ਉਹ ਜਾ ਓਏ, ਤੂੰ ਤਾਂ ਖੋਤੇ ਹੀ ਕੁਝ ਪਾ ਛੱਡਿਆ। ਦੇਖ ਕਿਵੇਂ ਜਨਾਨੀਆਂ ਵਾਂਗੂ ਰੁਸ ਰੁਸ ਬਹਿੰਦਾ। ਨਾ ਮੈਨੂੰ ਭਲਾ ਕੀ ਪਤਾ ਜਨਾਨੀਆਂ ਕਿਵੇਂ ਰੁਸਦੀਆਂ ਨੇ, ਮੇਰਾ ਕਿਹੜਾ ਵਿਆਹ ਹੋਇਆ? ਉਹ ਜੇ ਨਹੀਂ ਹੋਇਆ ਤਾਂ ਹੋ ਜੂਗਾ। ਐਂ ਕਰ, ਆ ਬਈ ਇਹਨੂੰ ਕਹਿ ਕੇ ਦੇਖ ਲੈ, ਖਬਰੇ ਕੋਈ ਲਿਆ ਦੇ ਬਿਹਾਰ ਤੋਂ ਤੈਨੂੰ। ਉਹ ਛੱਡ ਬਾਈ, ਮੈਨੂੰ ਤਾਂ ਡੂਢ ਘੰਟਾ ਹੋ ਗਿਆ ਇੱਥੇ ਬੈਠੇ ਨੂੰ। ਕੋਈ ਨੀ, ਮਾਈ ਦਾ ਪੁੱਤ ਲੈਣ ਆਇਆ ਮੈਨੂੰ।
ਮੈਨੂੰ ਤਾਂ ਲੱਗਦਾ ਅੱਜ ਨਹੀਂ ਦਿਹਾੜੀ ਬਣਦੀ। ਅਬਲ ਮੈਂ ਤਾਂ ਕੋਈ ਆਉਂਦਾ ਨਹੀਂ, ਜੇ ਕੋਈ ਆ ਵੀ ਗਿਆ ਤਾਂ ਬਈਏ ਨੂੰ ਲੈ ਕੇ ਜਾਊਗਾ। ਆਹੋ ਬਈ, ਇਹ ਮੇਰੇ ਸਾਲੇ ਘੱਟ ਦਿਹਾੜੀ 'ਤੇ ਵੀ ਕੰਮ ਕਰ ਲੈਂਦੇ ਆ ਅਤੇ ਕੰਮ ਵੀ ਮੇਰੇ ਸਾਲੇ ਝੋਟੇ ਵਾਂਗੂ ਕਰਦੇ ਆ। ਇਹ ਤੁਮ ਲੋਕ ਹਮਾਰ ਬਾਰ ਮੈਂ ਬਾਤ ਕਰਤ ਰਹੀ ਕਾ? ਉਹ ਆਹੋ ਤੇਰੇ ਬਾਰੇ ਹੀ ਗੱਲ ਕਰ ਰਹੇ ਹਾਂ ਨਾ। ਤੁਹਾਨੂੰ ਉੱਧਰ ਕੋਈ ਕੰਮ ਕੁੰਮ ਨਹੀਂ ਮਿਲਦਾ ਹੈਗਾ ਜੋ ਤੁਸੀਂ ਸਾਡੇ ਪੰਜਾਬ 'ਚ ਆ ਕੇ ਸਾਡੇ ਢਿੱਡ 'ਤੇ ਲੱਤ ਮਾਰ ਰਹੇ ਹੋ? ਅਰੇ ਵੀ ਹਮਨੇ ਕਬ ਮਾਰਾ ਤੁਹਾਡੀ ਢਿੱਡ 'ਤੇ ਲੱਤ? ਉਹ ਇਹਦੇ ਕਹਿਣ ਦਾ ਮਤਲਬ ਇਹ ਆ ਕਿ ਤੁਹਾਨੂੰ ਉੱਧਰ ਕੰਮ ਕੁੰਮ ਨਹੀਂ ਮਿਲਦਾ, ਇੱਧਰ ਆ ਕੇ ਸਾਡੀ ਰੋਜ਼ੀ ਰੋਟੀ ਖਰਾਬ ਕਰੀ ਜਾਂਦੇ ਹੋ। ਅਰੇ ਭਾਈ, ਜੈਸੇ ਤੁਹਾਡੇ ਪੰਜਾਬ ਮੇ ਹੋਤਾ ਹੈ ਨਾ ਸਰਦਾਰ ਜੀ ਕਾ ਮੁੰਡਾ, ਉਧਰ ਜਾਤੀ ਨਾ ਬਾਹਰ ਕੰਮ ਕਰਨੇ, ਅਰੇ ਉਨਕੇ ਢਿੱਡ ਪੇ ਲੱਤ ਮਾਰਤੇ, ਵੋ ਜਾ ਕੇ ਝਾੜੂ ਲਗਾਤੇ, ਪੋਚਾ ਲਗਾਤੇ, ਸਭ ਕੰਮ ਕਰਤੇ, ਵੈਸੇ ਹੀ ਹਮ ਕਰਤੇ ਬਾਤ ਕਰਤੇ ਹੈ। ਗੱਲ ਤਾਂ ਤੇਰੀ ਵੀ ਲੋਟ ਹੈ। ਆਤੀ ਆਤੀ ਲੈ, ਮਿਲ ਗਿਆ ਨੂੰ ਤਾਂ ਕੰਮ। ਸਤਿ ਸ਼੍ਰੀ ਅਕਾਲ ਸਤਵੰਤ ਕੁਰੇ। ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ। ਉਹ ਤਾਂ ਜੀ ਘਰੇ ਨਹੀਂ ਹੈਗੇ। ਉਹ ਕੋਈ ਗੱਲ ਨਹੀਂ ਸਤਵੰਤ ਕੁਰੇ, ਜੇ ਮੈਂ ਆ ਗਿਆ ਤਾਂ ਕੀ ਹੈ, ਹੈਂ? ਉਹ ਇਸੇ ਬਹਾਨੇ ਬੰਦਾ ਖਬਰ ਸਾਰੇ ਲੈ ਜਾਂਦਾ। ਨਾਲੇ ਮੈਂ ਤਾਂ ਇਹਦੇ ਕੋਲ ਆਇਆ ਸੀ ਕੀਤੂ ਮੈਂਬਰ ਕੋਲ, ਸੋਚਿਆ ਵੀ ਚਲੋ ਖਬਰ ਸਾਰੇ ਪੁੱਛ ਜਾ। ਜੀ ਉਹ ਤਾਂ ਹੁਣੇ ਗਏ ਆ ਕੰਮ ਤੇ। ਅੱਛਾ, ਤਾਂ ਕੀ ਹੋ ਗਿਆ ਜੇ ਹੁਣੇ ਗਏ ਆ? ਤੂੰ ਤਾਂ ਹੈਗੀ ਨਾ ਘਰ ਦੀ ਮਾਲਕਣ। ਜੀ ਤੁਸੀਂ ਕੰਮ ਦੱਸ ਦੋ, ਮੈਂ ਸੁਨੇਹਾ ਦੇ ਦੂੰਗੀ ਇਹਨਾਂ ਨੂੰ। ਲੈ ਕਮਲੀਆਂ ਗੱਲਾਂ ਕਰਦੀਆਂ ਤੂੰ, ਬੰਦਿਆਂ ਦੀ ਕੰਮਾਂ ਨਾਲ ਥੋੜੀ ਸਾਂਝ ਹੁੰਦੀ ਹੈ। ਤੁਸੀਂ ਫਿਰ ਇਉਂ ਕਰੋ ਜੀ, ਜਿਹੜੀ ਗੱਲ ਕਰਨੀ ਹੈ ਉਹਨਾਂ ਨਾਲ ਹੀ ਕਰ ਲਿਓ। ਅੱਛਾ, ਲੈ ਬਈ ਗਾਮਿਆ, ਮਾਹੌਲ ਬੜਾ ਤੱਤਾ ਜਿਹਾ ਲੱਗਦਾ, ਕਿਤੇ ਹਾਥੀ ਨਾ ਸੌੜ ਕੇ ਪੈ ਜੀ। ਮੈਨੂੰ ਤਾਂ ਨਹੀਂ ਲੱਗਦਾ ਬਾਈ ਕੋਈ ਆਊਗਾ ਅੱਜ, ਲੱਗਦਾ ਫੌਜਾਂ ਨੂੰ ਬਰੰਗ ਵਾਪਸ ਮੁੜਨਾ ਪਊ। ਨਾ ਵੇ ਐਨਕ ਹੈ, ਖਬਰ ਕੋਈ ਅੱਧੀ ਦਿਹਾੜੀ ਵਾਲੀ ਆ ਜੇ, ਘਰੇ ਥੋੜ੍ਹਾ ਬਹੁਤਾ ਸਮਾਨ ਲੈ ਜਾਣ ਜੋਗਾ ਤਾਂ ਹੋਵਾਂ। ਚੰਗਾ ਫਿਰ ਘਰ ਸੱਜਣਾ ਉਡੀਕਾ। ਲੈ ਪੁੱਤ, ਹੁਣ ਮੈਂ ਤੇਰੇ ਗੁੱਤਾਂ ਕਰਦੀ ਹਾਂ, ਠੀਕ ਹੈ? ਜਾ ਕੇ ਬਾਹਰ ਕੁੜੀਆਂ ਨਾਲ ਖੇਡ, ਤੇਰੀਆਂ ਸਹੇਲੀਆਂ ਆਈਆਂ ਹੋਈਆਂ ਨੇ ਬਾਹਰ, ਤੇ ਮੈਂ ਜਾ ਕੇ ਸਰਦਾਰਾਂ ਦੇ ਕੰਮ ਕਰੇ ਆਵਾਂ, ਠੀਕ ਹੈ? ਜਾ ਜਾ ਮੇਰਾ ਪੁੱਤ।
ਸਤਿ ਸ਼੍ਰੀ ਅਕਾਲ ਸਰਦਾਰ ਜੀ। ਸਤਿ ਸ਼੍ਰੀ ਅਕਾਲ ਸਤਵੰਤ ਗੁਰੇ। ਕੀ ਗੱਲ, ਸਰਦਾਰਨੀ ਜੀ ਨਹੀਂ ਦਿੰਦੇ? ਉਹ ਤਾਂ ਗੁਰਦੁਆਰੇ ਗਏ ਨੇ ਦਿਵਾਲੀ ਕਰਕੇ ਮੱਥਾ ਟੇਕਣ। ਕੀ ਗੱਲ, ਟੈਂਸ਼ਨ ਜੇ ਚ ਲੱਗਦੀ ਹੈ? ਨਹੀਂ ਨਹੀਂ ਕੁਛ ਨਹੀਂ, ਸਰਦਾਰਨੀ ਜੀ ਆਉਂਦੇ ਹੋਣਗੇ, ਮੈਂ ਜ਼ਰਾ ਰਸੋਈ ਦਾ ਕੰਮ ਨਿਪਟਾ ਲਵਾਂ। ਸਰਦਾਰ ਜੀ ਤੁਸੀਂ? ਮੈਂ ਤਾਂ ਬਸ ਪਾਣੀ ਲੈਣ ਆਇਆ ਸੀ। ਸਰਦਾਰ ਜੀ ਇਹ ਤੁਸੀਂ ਕੀ ਕਰਦੇ ਹੋ? ਕਮਲੀ ਹੋਈ ਹੈ ਨਾ ਭਲਾ, ਹੱਥ ਚ ਆਇਆ ਹੀਰਾ ਵੀ ਕੋਈ ਛੱਡਦਾ ਹੁੰਦਾ? ਨਾਲੇ ਮੈਂ ਤਾਂ ਹੈਰਾਨ ਆ ਕਿ ਉਹ ਸਾਲਾ 2% ਦਾ ਦਿਹਾੜੀਦਾਰ ਇੰਨੀ ਸੋਹਣੀ ਰੰਨ ਕਿਵੇਂ ਲੈ ਗਿਆ। ਚਾਇਆ ਹੀਰਾ ਵੀ ਕੋਈ ਛੱਡਦਾ ਹੁੰਦਾ? ਦੋ ਟਕੇ ਦਾ ਦਿਹਾੜੀਦਾਰ ਇੰਨੀ ਸੋਹਣੀ ਰੰਨ ਕਿਵੇਂ ਲੈ ਗਿਆ? Oh, my God.
ਕਿਉਂ ਲਾਇਆ ਤੇਰਾ ਬਾਪੂ ਪਟਾਕੇ? ਕੋਈ ਨੀ, ਲਿਆ ਸ਼ਾਮ ਨੂੰ ਮੇਰਾ ਬਾਪੂ ਆਉਂਦਾ ਹੋਇਆ। ਤੂੰ ਦੱਸ ਟਿੰਡੀਆਂ ਲੈਣੀਆਂ ਨੇ? ਕਿਉਂ ਤੇਰਾ ਬਾਪੂ ਟਿੰਡੀਆਂ ਵੀ ਵੇਚਣ ਲੱਗ ਗਿਆ? ਉਹਨੇ ਪੰਖੀ ਜਾ ਭੁੱਕਣ ਨੂੰ ਮੈਂ ਕੁੱਤਾ। ਬਹੁ ਬਹੁ ਬੇਟੇ, ਆ ਲੋ ਜੀ ਚਾਹ, ਮੈਂ ਜ਼ਰਾ ਕੰਮ ਨਵੇੜ ਲਵਾਂ। ਉਹ ਘੜੀ ਸਾਡੇ ਕੋਲ ਵੀ ਬਹਿ ਜਾ ਕਰ, ਸਾਰਾ ਦਿਨ ਕੰਮ ਦੀ ਅੱਗ ਲੱਗੀ ਰਹਿੰਦੀ ਹੈ। ਮੈਂ ਨਾ ਤੁਹਾਡੇ ਨਾਲ ਗੱਲ ਕਰਨੀ ਸੀ। ਉਹ ਇੱਕ ਛੱਡ ਭਾਵੇਂ ਦੋ ਕਰ, ਚੱਲ ਹੁਣ ਦੱਸ ਕੇਰਾ ਕੀ ਗੱਲ ਹੈ? ਉਹ ਫਿਰ ਸੰਗੀ ਕਿਉਂ ਜਾਨੀ ਹੈ, ਕਰ ਗੱਲ। ਲੈ ਫੇਰ ਸੰਗਲ ਲੱਗ ਗਈ। ਉਹ ਚੱਲੀ, ਆਪਾਂ ਦੋ ਤਾਂ ਜੀਆਂ ਘਰ ਚ। ਸਾਡੇ ਘਰ ਨਾ ਇੱਕ ਨਵਾਂ ਮਹਿਮਾਨ ਆਉਣ ਵਾਲਾ। ਆਈ ਸ਼ਕਤੇ, ਉਹ ਖੁਸ਼ ਕੀਤਾ ਬਈ ਸਤਵੰਤ ਕੋਰੇ। ਓਏ ਹੁਣ ਚਾਹੇ ਹੋਵੇ ਮੁੰਡਾ ਚਾਹੇ ਹੋਵੇ ਕੁੜੀ, ਇੱਕੋ ਹੀ ਹਿਸਾਬ ਆ, ਤੇ ਆਪਾਂ ਉਹਨੂੰ ਕਿਸੇ ਚੱਜ ਦੇ ਸਕੂਲ ਚ ਪਾਵਾਂਗੇ। ਤੁਸੀਂ ਤਾਂ ਚੱਲੇ ਹੋ। ਓ ਸਤਵੰਤ ਕੋਰੇ, ਜਿਹੋ ਜਿਹਾ ਤੇਰਾ ਹਾਸਾ ਦੇਖ ਲਿਆ, ਜਿਹੋ ਜੀ ਝਾਂਜਰ ਦੀ ਛਣਕਾਰ, ਇੱਕੋ ਹੀ ਹਿਸਾਬ। ਨਾਲੇ ਸਤਵੰਤ ਕੋਰੇ, ਤੂੰ ਹੁਣ ਆ ਬਾਲਾ ਕੰਮ ਕੁੰਮ ਜਾ ਨਾ ਕਰਿਆ ਕਰ, ਆਪਣੀ ਸਿਹਤ ਦਾ ਧਿਆਨ ਰੱਖਿਆ ਕਰ। ਉਹ ਤੂੰ ਤਾਂ ਊ ਤੁਰਦੀ ਫਿਰਦੀ ਸੋਹਣੀ ਲੱਗਦੀ ਆ ਮੈਨੂੰ, ਕੰਮ ਕੁੰਮ ਮੈਂ ਆਪੇ ਸਾਹਿਬ ਨੂੰ। ਲੈ ਦੱਸੋ, ਜੇ ਮੈਂ ਆਪਣੀ ਸਿਹਤ ਦਾ ਧਿਆਨ ਰੱਖਣ ਲੱਗਦੀ ਤਾਂ ਤੁਹਾਡਾ ਧਿਆਨ ਕੌਣ ਰੱਖੂਗਾ ਫਿਰ? ਉਹ ਮੇਰਾ ਤਾਂ ਚੱਲੀਏ ਧਿਆਨ ਹੀ ਤੇਰੇ ਚ ਰਹਿੰਦਾ। ਤੂੰ ਹੱਸਦੀ ਰਿਹਾ ਕਰ, ਮੇਰੀ ਰੂਹ ਜੀ ਲੱਗੀ ਰਹਿੰਦੀ ਹੈ ਤੇਰੇ ਨਾਲ। ਉਹ ਸਤਵੰਤ ਕੋਰੇ, ਭਈ ਆਹ ਤਾਂ ਮੇਰੇ ਮਾਲਕ ਨੇ ਮੇਰੀ ਸੋਹਣੀ ਸੁਣ ਲਈ, ਉਹ ਤੂੰ ਇਹਨੂੰ ਕੁੜੀ ਨਾ ਸਮਝੀ, ਇਹ ਤਾਂ ਮੇਰਾ ਯੇਰ ਪਤਾ। ਨਾ ਜੀ, ਧੀਆਂ ਤਾਂ ਧੀਆਂ ਹੀ ਹੁੰਦੀਆਂ ਨੇ, ਤੁਸੀਂ ਜੋ ਮਰਜ਼ੀ ਸਮਝੋ। ਨਾਲੇ ਮੈਂ ਇਹਨਾਂ ਗੱਲਾਂ ਤੇ ਵਾਲਾ ਦਿਮਾਗ ਨਹੀਂ ਲਾਉਂਦਾ, ਉਹ ਮੇਰੇ ਲਈ ਕੁੜੀ ਕੀ ਤੇ ਮੁੰਡਾ ਕੀ, ਇੱਕੋ ਹੀ ਹਿਸਾਬ ਆ। ਨਾਲੇ ਆ ਕਹਿੰਦੇ ਹੁੰਦੇ ਆ ਨਾ, ਜਿੱਥੇ ਆ ਹਨੇਰੀ ਆਈ ਉੱਥੇ ਮੀਂਹ ਵੀ ਆਊ। ਤੁਸੀਂ ਵੀ ਹੋਰ ਹੀ ਗੱਲਾਂ ਕਰਦੇ ਹੋ, ਹੁਣ ਤਾਂ ਸਾਡੇ ਲਈ ਇਹੀ ਸਭ ਕੁਝ ਹੈ। ਉਹ ਮੈਂ ਤਾਂ ਆਪਣੀ ਧੀ ਰਾਣੀ ਨੂੰ ਪੜ੍ਹਾ ਕੇ ਕਿਸੇ ਚੰਗੇ ਸਕੂਲ ਕਾਲਜ ਚ ਲਾਊਂ ਤੇ ਵੱਡੀ ਸਾਰੀ ਅਫਸਰ ਬਣਾਉਂ। ਹਾਂਜੀ, ਮਨ ਤਾਂ ਮੇਰਾ ਵੀ ਇਹੀ ਕਰਦਾ, ਪਰ ਦੁਨੀਆ ਨਹੀਂ ਸਮਝਦੀ। ਲੈ ਆਪਾਂ ਦੁਨੀਆ ਤੋਂ ਟਿੰਡੀਆਂ ਲੈਣੀਆਂ ਨੇ? ਓਏ ਬੱਚਾ ਸਾਡਾ, ਅਸੀਂ ਜੋ ਮਰਜ਼ੀ ਕਰਾਈਏ ਜਿੱਥੇ ਮਰਜ਼ੀ ਲਾਈਏ। ਨਾਲੇ ਸਤਵੰਤ ਕੋਰੇ, ਜੇ ਤੁਸੀਂ ਇਹੋ ਜਿਹੀਆਂ ਗੱਲਾਂ ਕਰਨ ਲੱਗ ਗਈ ਫਿਰ ਤਾਂ ਉਤਰ ਗਿਆ ਰੁਲ ਦੂਸਿਆਂ। ਆਜੋ ਆਜੋ ਸਰਪੰਚ ਸਾਹਿਬ, ਹੁਣ ਤੁਸੀਂ ਚਾਹ ਪੀ ਕੇ ਜਾਇਓ। ਉਹ ਨਾ ਨਾ ਵੀ ਰੁਲ ਦੂਸਿਆਂ, ਚਾਹ ਤਾਂ ਮੈਂ ਪੀ ਕੇ ਆਇਆ ਸੀ। ਉਹ ਸਤਵੰਤ ਕੋਰੇ, ਆ ਪਾਣੀ ਲਿਆ ਵੀ ਇੱਕ ਗਲਾਸ, ਸਰਪੰਚ ਸਾਹਿਬ ਆਏ ਨੇ। ਕਾਹਨੇ ਰੁਲ ਦੂਸਿਆਂ ਖੇਚਲ ਕਰਦੇ? ਉਹ ਬਈ ਮੈਂ ਤਾਂ ਇਹੀ ਦੱਸਣ ਆਇਆ ਸੀ ਕਿ ਤੇਰਾ ਪੈਸੇ ਵਾਲਾ ਮਸਲਾ ਹੱਲ ਹੋ ਗਿਆ ਹੈ, ਤੇ ਨਾਲੇ ਸਾਡੇ ਹੁੰਦੇ ਹੋਇਆ ਤੂੰ ਕੋਈ ਚਿੰਤਾ ਨਹੀਂ ਕਰਨੀ, ਤੈਨੂੰ ਪਤਾ ਹੀ ਹੈ ਆਪਾਂ ਤਾਂ ਤੇਰੇ ਨਾਲ ਕਦੇ ਸਰਦਾਰਾਂ ਵਾਲੀ ਗੱਲ ਹੀ ਨਹੀਂ ਰੱਖੀ ਹੈ। ਨਾਲੇ ਬੰਦਾ ਹੀ ਬੰਦੇ ਦਾ ਦਾਰੂ ਹੁੰਦਾ। ਬਸ ਸਰਪੰਚ ਸਾਹਿਬ, ਆ ਘਰ ਦੀਆਂ ਤੰਗੀਆਂ ਤੂਸ਼ਾਂ ਨੇ ਨਾ ਸਾਜ ਸੁੱਤੇ ਪਏ ਆ, ਬਸ ਲੋੜ ਜੀ ਪੈ ਗਈ ਸੀ। ਉਹ ਤਾਂ ਉਹ ਗੱਲ ਹੈ, ਜੇ ਲੋੜ ਪੈਣ ਤੇ ਬੰਦਾ ਹੀ ਬੰਦੇ ਦੇ ਕੰਮ ਨਾ ਆਊ ਤਾਂ ਹੋਰ ਕੀ ਰਗੜ ਕੇ ਫੋੜੇ ਤੇ ਲਾਉਣਾ ਹੈ, ਦੱਸ ਹੈ। ਤੇ ਨਾਲੇ ਅੜੀਆਂ ਥੁੜੀਆਂ ਤੇ ਤੇਰੇ ਨਾਲ ਖੜੇ ਆ ਆਪਾਂ, ਤੇ ਨਾਲੇ ਆਪਣਾ ਕੁਛ ਵੰਡਿਆ। ਆ ਲਓ ਸਰਪੰਚ ਸਾਹਿਬ, ਪਾਣੀ ਪੀਓ ਤੁਸੀਂ। ਆ ਲਓ ਜੀ। ਆਹੋ ਸਰਪੰਚ ਸਾਹਿਬ, ਸਾਡੀ ਤਾਂ ਜੀ ਹੁਣ ਤੁਹਾਡੇ ਤੇ ਟੇਕ ਹੈ। ਹਾਂ ਸਰਪੰਚ ਸਾਹਿਬ, ਸਾਨੂੰ ਤਾਂ ਤੁਹਾਡੇ ਹੀ ਆਸਰਾ। ਲੈ ਸਤਵੰਤ ਕੋਰੇ, ਕਰਤੀ ਨਾ ਹੋਈ ਗੱਲ। ਓਏ ਤੁਸੀਂ ਤਾਂ ਬਸ ਹੁਕਮ ਕਰਿਆ ਕਰੋ, ਬੰਦਾ ਹਾਜ਼ਰ ਬਸ।
ਬੋਲ ਹੁਣ। ਅਸਾਂ ਰੂ ਸਰਪੰਚ ਸਾਹਿਬ। ਉਹ ਕੋਈ ਨਹੀਂ, ਓਏ ਕੋਈ ਚੱਕਰ ਨਹੀਂ ਹੈਗਾ, ਇਹ ਆ ਫੜ, ਜਿੰਨੀ ਲੋੜ ਹੈ ਉਹ ਤੋਂ ਕਿਤੇ ਵੱਧ ਖੜਾਂਗੇ ਆਪਾਂ, ਨਾਲੇ ਸਾਨੂੰ ਤਾਂ ਕੋਈ ਖਿੜੇ ਮੱਥੇ ਪ੍ਰਵਾਨ ਕਰ ਲਏ ਬਸ। ਉਹ ਸਤਵੰਤ ਕੋਰੇ, ਤੈਨੂੰ ਮੈਂ ਕਿਹਾ ਸੀ ਨਾ ਆਪਣਾ ਪੈਸੇ ਵਾਲਾ ਮਸਲਾ ਹੱਲ ਹੋਜੂ, ਲੈ ਹੋ ਗਿਆ। ਤੁਸੀਂ ਮੇਰੀ ਗੱਲ ਸੁਣੋ ਜੀ, ਤੁਹਾਨੂੰ ਕੀ ਪਤਾ ਉਹ ਕਿਹੜੇ ਮਸਲੇ ਨੂੰ ਮਸਲਾ ਹੱਲ ਕਰਕੇ ਗਿਆ। ਮੈਨੂੰ ਨਾ ਉਹਦੀਆਂ ਗੁੱਝੀਆਂ ਜਿਹੀਆਂ ਗੱਲਾਂ ਠੀਕ ਨਹੀਂ ਲੱਗਦੀਆਂ, ਤੁਸੀਂ ਉਹਦਾ ਹਿਸਾਬ ਕਿਤਾਬ ਬਾਹਰ ਹੀ ਨਿਬੇੜ ਦਿਓ। ਲੈ ਤੈਨੂੰ ਕੀ ਕਹਿੰਦਾ ਗਾਮਾ ਸਰਪੰਚ, ਉਹ ਤੁਹਾਡੀ ਤੀਵੀਂ ਵਾਲੀ ਤਾਂ ਹੱਦ ਹੀ ਹੋਈ ਪਈ ਆ, ਉਹ ਸਰਪੰਚ ਸਾਹਿਬ ਤਾਂ ਆਪਣੇ ਅੱਧੇ ਬੋਲਦੇ ਹਾਜ਼ਰ ਹੋ ਜਾਂਦੇ ਆ, ਤੂੰ ਹੀ ਬਸ। ਹਾਂ ਵੀ ਮੁੰਡਿਆ, ਚੱਲੇਗਾ ਕੰਮ ਤੇ? ਹਾਂਜੀ ਸਰਦਾਰ ਜੀ, ਚੱਲਾਂਗੇ ਜੀ। ਗੱਡੀ ਚੋਂ ਸਮਿੰਟ ਦੀਆਂ ਬੋਰੀਆਂ ਲਾਉਣੀਆਂ ਨੇ, ਲਾ ਦਾਂਗੇ ਜੀ। ਆ ਜਾ ਫਿਰ ਪਿੱਛੇ। ਚੱਲ ਕੋਈ ਤਾਂ ਆਇਆ। ਹੋ ਗਿਆ ਸਰਦਾਰ ਜੀ। ਹੋ ਗਿਆ ਬਾਈ। ਹਾਂਜੀ, ਇਹਨੂੰ ਪੇਮੈਂਟ ਕਰ ਦਿਓ। ਮਿਹਰਬਾਨੀ ਜੀ। ਚੰਗਾ ਜੀ। ਰਾਮ ਰਾਮ ਲਾਲਾ ਜੀ। ਰਾਮ ਰਾਮ ਭਾਈ ਰੁਲਜੂ ਸਿਆ। ਰਾਮ ਰਾਮ, ਧੰਨ ਭਾਗ ਸਾਡੇ ਜੋ ਦਰਸ਼ਨ ਹੋ ਗਏ ਤੁਹਾਡੇ। ਹੈ ਉਹ ਬਸ ਲਾਲਾ ਜੀ, ਆ ਟਾਈਮ ਨਹੀਂ ਲੱਗਦਾ ਕੰਮਾਂ ਕਾਰਾਂ ਚੋਂ, ਆ ਚੱਕੋ ਪੈਸੇ ਤੇ ਆ ਸਮਾਨ ਪਾਓ ਜਵਾਕਾਂ ਵਾਸਤੇ ਦੀਵਾਲੀ ਵਾਲਾ। ਦੀਵਾਲੀ ਵਾਲੇ ਦਿਨ ਲੱਛਮੀ, ਧੰਨ ਭਾਗ ਸਾਡੇ, ਜੈ ਜੈ ਲੱਛਮੀ, ਜੈ ਜੈ ਲੱਛਮੀ। ਨਾ ਹਲੇ ਗਿਆ ਨੀ ਤੂੰ, ਹੈ ਚੱਲ ਨੇਰਾ ਹੋ ਰਿਹਾ ਚੱਲ। ਪਰ ਲਾਲਾ ਜੀ ਸੌਦਾ ਤਾਂ ਪਾਓ। ਪੈਸੇ ਹੈਗੇ ਪੈਸੇ? ਆ ਤੁਹਾਨੂੰ ਦਿੱਤੇ ਤਾਂ ਹੈਗੇ ਪੈਸੇ। ਉਹ ਤਾਂ ਆਪਣਾ ਪਹਿਲਾਂ ਨਾਲ ਹਿਸਾਬ ਜਮਾ ਸਾਫ ਹੋ ਗਿਆ। ਆ ਮੇਰੇ ਵਾਲਾ ਮੁੰਡਾ ਸ਼ੋਕੀ ਮੇਰੇ ਨਾਲ ਲੜਦਾ ਰਹਿੰਦਾ ਵੀ ਤੁਸੀਂ ਦਰ ਦੇਈ ਜਾਂਦੇ ਹੋ, ਦੇਈ ਜਾਂਦੇ ਹੋ, ਫਿਰ ਸਾਨੂੰ ਤੁਹਾਡੇ ਘਰਾਂ 'ਚ ਗੇੜੇ ਮਾਰਨੇ ਪੈਂਦੇ ਆ। ਹੈ ਸਾਨੂੰ ਤਾਂ ਸ਼ਰਮ ਆਉਂਦੀ ਹੈ ਭਾਈ। ਪਰ ਲਾਲਾ ਜੀ ਹੁਣ ਐਂ ਨਾ ਕਰੋ, ਮੈਨੂੰ ਅੱਜ ਜੋਗਾ ਸੌਦਾ ਤਾਂ ਪਾਓ, ਉਹ ਮੇਰੀ ਤਾਂ ਬੱਚੀ ਡਿੱਗਦੀ ਹੋਣੀ ਹੈ ਮੈਨੂੰ। ਨਾ ਹੁਣ ਅਸੀਂ ਆਪਣੇ ਬੱਚੇ ਨਹੀਂ ਪਾਲਨੇ, ਹੈ ਨਲੇ ਅਸੀਂ ਕੀ ਲੋਕਾਂ ਦੇ ਜਵਾਕਾਂ ਦਾ ਠੇਕਾ ਲੈ ਕੇ। ਹੈ ਚਲੋ ਨਿਕਲੋ ਬਾਹਰ ਤੋਂ, ਚਲੋ ਭੱਜੋ। ਹੈ ਚਲੋ ਚਲੋ, ਸ਼ਾਬਾਸ਼, ਚਲੋ ਜਪਾ ਜਾ। ਬਹੁਤ ਮਾੜੀ ਕੀਤੀ ਲਾਲਾ ਜੀ ਗਰੀਬ ਨਾਲ। ਦਿਨ ਤਾਂ ਜਿਵੇਂ ਤਿਵੇਂ ਲੰਘ ਗਿਆ ਸੀ, ਪਰ ਹਜੇ ਹਨੇਰੀ ਰਾਤ ਦੀ ਉਡੀਕ ਬਾਕੀ ਸੀ ਜੋ ਸਾਡੀ ਜ਼ਿੰਦਗੀ ਵਿੱਚ ਹਨੇਰਾ ਕਰਨ ਵਾਲੀ ਸੀ।
ਲੈ ਮੇਰਾ ਪੁੱਤ ਰੋਟੀ ਖਾ ਲੈ। ਨਹੀਂ ਬੇਬੇ, ਮੈਂ ਤਾਂ ਬਾਪੂ ਦੇ ਆਉਣ ਤੇ ਬਾਪੂ ਦੇ ਨਾਲ ਹੀ ਖਾਊਂਗਾ। ਪੁੱਤ ਤੇਰਾ ਬਾਪੂ ਕੰਮ ਤੇ ਗਿਆ ਹੋਇਆ, ਉਹਨੇ ਆ ਜਾਣਾ ਛੇਤੀ, ਤੂੰ ਫਟਾਫਟ ਰੋਟੀ ਖਾ ਲੈ। ਲੈ ਮੇਰਾ ਪੁੱਤ। ਨਹੀਂ ਬੇਬੇ। ਲੈ ਮੇਰਾ ਸੋਹਣਾ ਪੁੱਤ ਰੋਟੀ ਖਾ ਲੈ। ਨਾ ਕੀ ਗੱਲ ਰੁਲਦੂ ਆ, ਬੜਾ ਰੁਲਿਆ ਜਾ ਫਿਰਦਾ, ਦੇਖੀ ਕਿਤੇ ਮੇਰਾ 25,000 ਨਾ ਰੋਲਦੀ। ਉਹ ਸਰਪੰਚਾ, ਤੂੰ ਆਪਣੇ ਕੰਮ ਤੱਕ ਮਤਲਬ ਰੱਖ, ਮੇਰੇ ਕੰਮ ਚ ਲੱਤ ਨਾ ਹੀ ਡਾਵੇ ਤਾਂ ਚੰਗੀ ਗੱਲ ਹੈ। ਨਾ ਲੱਤ ਉਡਾਉਣ ਨੂੰ ਤੂੰ ਮਹਾਰਾਜਾ ਪਟਿਆਲਾ ਹੈ, ਨੰਗ ਕਿਸੇ ਥਾਂ ਦਾ ਗਮਿਆ ਸਰਪੰਚ, ਗਾਮਾ ਸਰਪੰਚ ਬੋਲ ਨਾ, ਨੰਗ ਕਹਾ ਨਾ ਹੈ, ਪੂਰਾ 25,000 ਲੈਣਾ ਤੇਰੇ ਤੋਂ, ਅਖੇ ਦੇਣ ਵੇਲੇ ਸ਼ੇਰ ਤੇ ਲੈਣ ਵੇਲੇ ਗਊ ਹੈ, ਵੱਡਾ ਰਾਠ। ਉਹ ਦੇ ਦਾਂਗੇ ਤੇਰਾ 25,000, ਕਿਤੇ ਭੱਜ ਤਾਂ ਨੀ ਚੱਲੇ ਪਿੰਡੋਂ? ਤਾਂ ਮੈਂ ਤੈਨੂੰ ਪੁੱਤ ਭੱਜਣ ਵੀ ਨਹੀਂ ਦਿੰਦਾ, 2 ਮਹੀਨੇ, 2 ਮਹੀਨੇ ਦਾ ਪੁੱਤ ਮੈਂ ਤੈਨੂੰ ਸਮਾਂ ਦਿੰਦਾ, ਜੇ 2 ਮਹੀਨੇ ਤੱਕ ਤੂੰ ਮੇਰਾ 25,000 ਨਾ ਮੋੜਿਆ ਨਾ, ਤਾਂ ਪੁੱਤ ਪਿੰਡ 'ਚ ਤੈਨੂੰ ਰਹਿਣ ਮੈਂ ਵੀ ਨਹੀਂ ਦਿੰਦਾ, ਸਮਝਿਆ? ਚੱਲ ਫੁੱਟ। ਖੇੜਾ ਵੇਲਾ ਹੋ ਗਿਆ, ਗੁੱਡੂ ਦਾ ਪਿਓ ਅਜੇ ਤੱਕ ਆਇਆ ਕਿਉਂ ਨਹੀਂ, ਅੱਗੇ ਤਾਂ ਕਦੇ ਇੰਨਾ ਹਨੇਰਾ ਕੀਤਾ ਨਹੀਂ, ਪਤਾ ਨਹੀਂ ਕਿੱਥੇ ਰਹਿ ਗਏ। ਉਹ ਰੁਲਦੂ ਤੂੰ ਬਾਈ, ਗਿਆ ਨਹੀਂ ਪਿੰਡ ਹਲੇ? ਨਾ ਬਈ ਤੇਸੂ, ਨਾ ਨਾ ਤੇਸੂ ਨਹੀਂ, ਸਰਦਾਰ ਤੇਜਪਾਲ ਸਿੰਘ ਤੇਸੂ। ਕਿਉਂ ਬਈ, ਮੈਂ ਲੱਗਦਾ ਨਾ ਸਰਦਾਰ ਹੁਣ? ਆਹੋ ਬਈ, ਵਾਕਈ ਯਾਰ ਤੂੰ ਸਰਦਾਰ ਲੱਗਦਾ। ਉਹ ਪਰ ਤੈਨੂੰ ਆ ਦਾਰੂ ਦੀ ਬੋਤਲ ਕਿੱਥੋਂ ਮਿਲੀ? ਉਹ ਕੁਛ ਨਹੀਂ ਬਾਈ, ਆ ਨਾਲ ਦੀ ਗਲੀ 'ਚ ਕਿਸੇ ਨੇ ਦਾਰੂ ਦੀ ਬੋਤਲ 'ਤੇ ਸੰਧੂਰ ਪਾ ਕੇ ਟੂਣਾ ਕਰ ਰੱਖਿਆ ਸੀ, ਲੋਕ ਪਰਾਂ ਦੀ ਹੋ ਕੇ ਲੰਘੀ ਜਾਂਦੇ ਸੀ, ਕੁੱਤਾ ਬੋਤਲ 'ਤੇ ਮੂਤਣ ਲੱਗ ਰਿਹਾ ਸੀ, ਮੈਂ ਸੋਚਿਆ ਵੀ ਟੂਣਾ ਜਦੋਂ ਕੁੱਤੇ ਨੂੰ ਵੀ ਨਹੀਂ ਕੁਛ ਕਹਿ ਸਕਦਾ, ਫਿਰ ਮੇਰੀ ਕੀ ਪੂਛ ਪੱਟ ਲੂ। ਪਰ ਤੂੰ ਪਿੰਡ ਕਾਹਤੋਂ ਨਹੀਂ ਗਿਆ ਬਾਈ? ਕੀ ਦੱਸਾਂ ਬਾਈ, ਸਾਡੀ ਤਾਂ ਕਿਸਮਤ ਹੀ ਮਾੜੀ ਆ। ਉਹ ਤੂੰ ਛੱਡ ਬਾਈ ਕਿਸਮਤ ਕੁਸਮਤ ਨੂੰ, ਮੇਰੇ ਕਿਹੜੀ ਦੇਖ, ਮੈਂ ਵੀ ਤਾਂ ਛੜਾ ਬੰਦਾ ਹੈ, ਮੇਰੇ ਨਾ ਅੱਗੇ ਨਾ ਪਿੱਛੇ ਹੈ, ਪਰ ਜੇ ਮੈਂ ਵਿਆਹ ਕਰਾ ਲੈਂਦਾ ਮੇਰਾ ਵੀ ਕੀ ਖੱਟਿਆ ਜਾਣਾ ਸੀ ਹੈ, ਮੇਰਾ ਤਾਂ ਅੱਗੀ ਦਾਰੂ ਦੀ ਬੋਤਲ ਨਾਲ ਮਸਾ ਸਰਦਾ, ਮੈਂ ਕਿੱਥੋਂ ਉਹਨੂੰ ਫੁਲਕੇ ਖਵਾਉਂਦਾ। ਉਹ ਪਰ ਛੱਡ ਬਾਈ, ਆਪਾਂ ਨਾ ਗੱਲਾਂ ਗੱਲਾਂ 'ਚ ਪੈਗ ਲਾਉਣਾ ਭੁੱਲ ਗਏ, ਲੈ ਤੂੰ ਵੀ ਲਾ। ਨਾ ਬਾਈ ਮੈਂ ਨਹੀਂ ਲਾਉਣਾ। ਉਹ ਥੋੜ੍ਹਾ ਜਿਹਾ ਲਾ ਲੈ। ਨਹੀਂ ਬਾਈ ਮੈਂ ਨਹੀਂ ਪੀਣੀ। ਦੀਵਾਲੀ ਹੈ ਅੱਜ ਤਾਂ, ਵੱਡੇ ਭਾਈ ਖੁਸ਼ੀ ਦਾ ਦਿਨ ਹੈ, ਖੁਸ਼ੀ ਖੁਸ਼ੀ ਹੈ। ਕਿਵੇਂ ਹੈ ਬਾਈ? ਚੰਗਾ ਬਾਈ, ਫਿਰ ਮੈਂ ਚੱਲਦਾ। ਓਏ ਇੱਕ, ਨਾ ਬਾਈ ਬਸ ਰੁਲ ਦੂ, ਗੁੱਡੋ ਡੀਕਦੀ ਹੋਣੀ ਮੈਨੂੰ। ਕੌਣ ਹੈ? ਔਰ ਰੁਲਦੂ ਸਿਆ ਘਰੇ ਆ? ਉਹ ਤਾਂ ਜੀ ਘਰੇ ਨਹੀਂ ਹੈਗੇ। ਅੱਛਾ,
ਬਈ ਮੈਂ ਸੋਚਿਆ ਰੁਲਦੂ ਦੇ ਜਵਾਕਾਂ ਵਾਸਤੇ ਆ ਖਿਡੌਣੇ ਤੇ ਮਠਿਆਈ ਲੈ ਜਾਵਾਂ। ਤੁਸੀਂ ਫਿਕਰ ਨਾ ਕਰੋ ਸਰਪੰਚ ਸਾਹਿਬ, ਗੁੱਡੂ ਦਾ ਬਾਪੂ ਆਪੇ ਲੈ ਆਊਗਾ। ਆਪੇ ਲੈ ਆਊਗਾ, ਉਹਦੇ ਕੋਲੇ ਕਿਹੜਾ ਕੋਈ ਜਾਦੂ ਦੀ ਛੜੀ ਹੈ। ਬਈ ਸ਼ਹਿਰ ਜਾਊ, ਜਾਦੂ ਦੀ ਛੜੀ ਘਮਾਊ, ਸਾਰਾ ਬਾਜ਼ਾਰ ਚੱਕ ਕੇ ਲਿਆਓ ਵੱਡਾ ਜਾਦੂਗਰ। ਵੇਖੋ ਸਰਪੰਚ ਸਾਹਿਬ, ਇੰਨੇ ਜੋਗੇ ਅਸੀਂ ਹੈਗੇ ਹਾਂ ਕਿ ਆਪਣੇ ਬੱਚੇ ਦੀ ਖੁਸ਼ੀ ਪੂਰੀ ਕਰ ਸਕੀਏ। ਪਰ ਸਤਵੰਤ ਕੁਰੇ, ਸਾਡੀ ਖੁਸ਼ੀ ਦਾ ਕੀ ਬਣੂ? ਗੱਲ ਸੁਣ ਲੈ ਸਰਪੰਚ, ਕਿਤੇ ਦਹੀਂ ਦੇ ਭੁਲੇਖੇ ਕਪਾਹ ਦੀਆਂ ਫੁੱਟੀਆਂ ਖਾ ਕੇ ਨਾ ਬੈਠ ਜੀ, ਪਚਾਉਣੀਆਂ ਔਖੀਆਂ ਹੋ ਜਾਣਗੀਆਂ। ਹੁਣ ਤਾਂ ਤੂੰ ਸਮਝ ਹੀ ਗਿਆ ਹੋਵੇਗਾ, ਬੰਦਿਆਂ ਵਾਂਗੂ ਆਪਣੇ ਘਰ ਦਾ ਰਾਹ ਫੜ ਲੈ। ਉਹ ਚੰਗਾ ਚੰਗਾ, ਮਲੰਗਾਂ ਦੇ ਘਰੇ ਤਾਂ ਮੈਂ ਵੀ ਨਹੀਂ ਪੈਰ ਪਾਉਂਦਾ। ਉਹ ਦੀਦਾ ਨੀ ਅੰਨਾ ਹੋਇਆ? ਸਤਿ ਸ੍ਰੀ ਅਕਾਲ ਸਰਦਾਰ ਜੀ। ਸਰਦਾਰ ਜੀ ਪਛਾਣਿਆ ਮੈਨੂੰ? ਨਹੀਂ, ਮੈਨੇ ਕੰਮ ਕੀਤਾ ਸੀ ਤੁਹਾਡੇ ਜੀ। ਤੂੰ ਜਿਹੜੇ ਚਾਰ ਪੈਸੇ ਕਮਾਏ ਸੀ ਉਹਨਾਂ ਦੀ ਵੀ ਦਾਰੂ ਪੀ ਗਿਆ? ਉਹ ਲਾਣਤ ਆ ਉਹ ਤੇਰੇ ਤੇ। ਸਰਦਾਰ ਜੀ ਮੈਨੂੰ ਥੋੜੇ ਜਿਹੇ ਪੈਸੇ। ਕਿਵੇਂ ਬੋ ਮਾਰਦੀ ਹੈ ਮੂੰਹ ਚੋਂ, ਉਹ ਕੁਝ ਤਾਂ ਸ਼ਰਮ ਕਰਦਾ, ਘੱਟੋ ਘੱਟ ਆਪਣੇ ਪਰਿਵਾਰ ਬਾਰੇ ਤਾਂ ਸੋਚਦਾ, ਹੋਰ ਪੈਸੇ ਮੰਗਦਾ ਦਾਰੂ ਪੀਣ ਨੂੰ। ਉਹ ਚੱਲ ਹਟ ਓਏ। ਨਿੱਕਾ ਹੁੰਦਾ ਮੈਂ ਭੁੱਖਾ ਮਰਿਆ ਤਾਂ ਮੈਂ ਚੁੱਪ ਰਿਹਾ। ਮੇਰਾ ਬਾਪੂ ਮੈਨੂੰ ਨਿੱਕੇ ਨੂੰ ਛੱਡ ਕੇ ਤੁਰ ਗਿਆ ਤਾਂ ਮੈਂ ਚੁੱਪ ਰਿਹਾ। ਪਿੰਡ ਵਾਲਿਆਂ ਨੇ ਮੈਨੂੰ ਨੀਵਾਂ ਦਿਖਾਉਣ ਚ ਕੋਈ ਕਸਰ ਨਹੀਂ ਛੱਡੀ ਤਾਂ ਮੈਂ ਚੁੱਪ ਰਿਹਾ। ਪਰ ਅੱਜ ਘਰੇ ਬੈਠੀ ਨਿੱਕੀ ਜਿਹੀ ਬੱਚੀ ਦਾ ਕੀ ਕਸੂਰ ਹੈ ਜਿਹਦੀਆਂ ਮੈਂ ਕੋਈ ਰੀਝਾਂ ਹੀ ਨਹੀਂ ਪੂਰੀਆਂ ਕਰ ਸਕਦਾ। Ha 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 ha!
ਗੁੱਡੋ ਤਾਂ ਮੇਰੇ ਗੁੱਡੋ ਤਾਂ ਰਾਜ ਹੀ ਖੜੀ ਹੋਣੀ ਹੈ ਕਿ ਮੇਰਾ ਬਾਪੂ ਮੇਰੇ ਲਈ ਪਟਾਕੇ ਖਿਡਾਉਣੇ ਤੇ ਕੋਲੇ ਲੱਗਿਆ ਫੁੱਲ ਬੈਠਾ ਮਾਲੀ ਆਪਣੇ ਨੂੰ ਉਡੀਕ ਰਿਹਾ ਖੁਸ਼ੀਆਂ ਲੈ ਕੇ ਆਵਾਂਗਾ ਹਾਏ ਜਾਂਦੇ ਵਕਤ ਜਿਸ ਨੇ ਸੀ ਕਿਹਾ ਉਹ ਕੀ ਜਾਣੇ ਉਸ ਗਰੀਬ ਨੂੰ ਜ਼ਿੰਦਗੀ ਦੀਆਂ ਰਾਹਾਂ ਖਾ ਗਈਆਂ ਇਹ ਕਾਲੀਆਂ ਦੀਵਾਲੀਆਂ ਸੇ ਆ ਗਈਆਂ ਸਾਡੇ ਸੇ ਆ ਗਈਆਂ ਉਸ ਦਿਨ ਤੋਂ ਬਾਅਦ ਇਹ ਤਿਉਹਾਰ ਮਨਾਉਣਾ ਤਾਂ ਬੜੀ ਦੂਰ ਦੀ ਗੱਲ ਦੀਵਾਲੀ ਦਾ ਨਾਂ ਸੁਣਦੇ ਕਾਲਜੇ ਚ ਚੀਰ ਚੇ ਉੱਠਦੀ ਹੈ ਸਭ ਕੁਛ ਮੁੜ ਅੱਖਾਂ ਸਾਹਮਣੇ ਆ ਜਾਂਦਾ ਕਾਸ਼ ਇਹ ਦਿਨ ਕਦੀ ਨਾ ਆਉਂਦਾ ਲੋਕ ਦੀਵਾਲੀ ਦੇ ਦਿਨ ਰੋਸ਼ਨੀਆਂ ਦੇਖ ਕੇ ਖੁਸ਼ ਹੁੰਦੇ ਨੇ ਤੇ ਮੈਨੂੰ ਹਨੇਰਾ ਚੰਗਾ ਲੱਗਦਾ ਮੇਰੀ
ਮੀਆਂ ਜਿਹਨੂੰ ਸੁਨੇ ਨਾ ਮੇਰੀ ਮੀਆਂ ਜਿਹਨੂੰ ਸੁਨੇ ਨਾ ਮੇਰੀ Oh.